ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਬਟਾਲਾ ਦੇ ਗਾਂਧੀ ਕੈਂਪ ਦੇ ਵਿੱਚ ਅੱਜ ਦਿਨ ਦਿਹਾੜੇ ਗੈਂਗਲੈਂਡ ਬਣ ਗਿਆ, ਜਦ ਦੋ ਗੁੱਟਾਂ ਦੇ ਵਿਚਕਾਰ ਕਿਸੇ ਰੰਜਿਸ਼ ਨੂੰ ਲੈ ਕੇ ਤਕਰਾਰ ਹੋਈ ਅਤੇ ਤਕਰਾਰ ਇੰਨੀ ਵੱਧ ਗਈ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਨੌਜਵਾਨਾਂ ਵੱਲੋਂ ਵਾਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇੱਟਾਂ ਅਤੇ ਰੋੜੇ ਚੱਲੇ ਅਤੇ ਇਸ ਖੂਨੀ ਝੜਪ ਦੇ ਵਿੱਚ ਦੋਵਾਂ ਗੁੱਟਾਂ ਦੇ ਕੁੱਲ 5 ਲੋਕ ਜ਼ਖਮੀ ਹੋ ਗਏ, ਜਦਕਿ ਇਹਨਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਝੜਪ ਦੇ ਦੌਰਾਨ ਇੱਕ ਮੋਟਰਸਾਈਕਲ ਨੂੰ ਇੱਕ ਗੁੱਟ ਵੱਲੋਂ ਅੱਗ ਵੀ ਲਗਾ ਦਿੱਤੀ ਗਈ ਹੈ। ਉੱਥੇ ਹੀ ਦੋਵਾਂ ਧਿਰਾਂ ਦੇ ਨੌਜਵਾਨ ਇੱਕ ਦੂਸਰੇ ਉੱਤੇ ਆਰੋਪ ਜੜ ਰਹੇ ਹਨ। ਉਧਰ ਮੌਕੇ ਉੱਤੇ ਪਹੁੰਚੇ DSP ਸਿਟੀ AD ਸਿੰਘ ਦਾ ਕਹਿਣਾ ਸੀ ਕਿ ਇਹਨਾਂ ਦੋਵਾਂ ਗੁੱਟਾਂ ਦਾ ਪੈਸੇ ਦਾ ਕੋਈ ਲੈਣ ਦੇਣ ਸੀ, ਜਿਸ ਨੂੰ ਲੈ ਕੇ ਦੋਵਾਂ ਦੇ ਵਿਚਾਲੇ ਲੜਾਈ ਹੋਈ ਹੈ, ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੇ ਬਿਆਨ ਵੀ ਲਏ ਗਏ ਹਨ, ਜਿਸ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਆਪਣੇ ਸਹੁਰਿਆਂ ਦੇ ਘਰ ਨੂੰ ਜਾ ਰਿਹਾ ਸੀ ਤੇ ਇਹਨਾਂ ਨੇ 15-20 ਜਣੇ ਨੇ ਰਾਹ 'ਚ ਆਣ ਕੇ ਤੇ ਸੱਟਾਂ ਮਾਰਨੀਆਂ ਸ਼ੁਰੂ ਕਰਤੀਆਂ। ਇਹ ਕਹਿੰਦੇ ਵੀ ਤੂੰ ਮੁਖਬਰੀਆਂ ਕਰਦਾ ਸਾਡੀਆਂ, ਵੀ ਚਿੱਟਾ ਵੇਚਦੇ ਸਾਰੇ 15-20 ਜਣੇ। ਇਹਨਾਂ ਨੇ 15-20 ਜਣਿਆਂ ਨੇ ਫਿਰ ਗੁੰਡਾਗਰਦੀ, ਜੇ ਪਰਸੋਂ ਮੁੰਡਾ ਮਰਿਆ ਮੇਰੇ ਸੱਜਣ ਦਾ ਹੀ, ਅਤੇ ਇਹਨਾਂ ਕਹਿੰਦੇ ਤੂੰ ਮੁਖਬਰੀਆਂ ਕਰਦਾ ਹੈ ਅਤੇ ਤਾਂ ਕਰਕੇ ਦੇਖੋ ਇਹ ਆਪਾਂ ਦੋ ਜਣੇ ਵੀ ਇਹਨਾਂ ਨੇ ਡੱਕ ਲਿਆ ਅਤੇ ਕੁੱਟਣ ਲੱਗ ਪਏ, ਦਾਤਰ ਮਾਰਨ ਲੱਗ ਪਏ। ਮੇਰਾ ਮੋਟਰਸਾਈਕਲ ਵੀ ਸਾੜਤਾ ਇਹਨਾਂ ਨੇ ਗਾਂਧੀ ਨਗਰ ਕੈਂਪ 'ਚ, ਕਹਿੰਦੇ ਮੋਟਰਸਾਈਕਲ ਵੀ ਸਾੜ ਦਿੱਤਾ। ਉਹਨਾਂ ਦਾ ਇੱਕ ਹੀ ਹੋਇਆ ਹੋਣਾ ਮੇਰੇ ਖਿਆਲ ਨਾਲ, ਉਹਨਾਂ ਕੋਲ ਸਾਰਿਆਂ ਕੋਲ ਦੱਤ ਰਹੀ, ਸਾਡੇ ਕੋਲ ਕੁਝ ਨਹੀਂ। ਉਹਨਾਂ ਦਾ ਬੰਦਾ 8 ਮਾਰੀ ਭਾਜੀ, ਆਪਣੇ ਸੈਲਫ ਡਿਫੈਂਸ 8 ਹੀ ਮਾਰਨੀ ਸੀ ਆਪਾਂ ਖਾਲੀ ਹੱਥ, ਆਪਾਂ ਦੋ ਜਾਣੇ, ਉਹ 15-20 ਜਾਣੇ। ਪੁਰਾਣੀ ਰੰਜਿਸ਼ ਕੋਈ ਨਹੀਂ ਹੈ ਜੀ, ਸਿਰਫ ਇਹੋ ਜੀ ਕਹਿੰਦਾ ਮੁਖਬਰੀਆਂ ਕਰਦਾ ਜੀ ਪੁਲਿਸ ਨੂੰ ਚਿੱਟੇ ਦੀ। ਮੈਂ ਅਕਸਾਈ 'ਚ ਲੱਗਾ ਜੀ ਠੇਕੇ ਵਾਲਿਆਂ ਨਾਲ, ਹਾਂ ਪ੍ਰਾਈਵੇਟ ਕੰਮ ਆ ਕਰਿੰਦਾ, ਦੀਨਾ ਨਗਰ ਪਹਿਲਾਂ ਲੱਗਾ ਰਿਹਾ, ਹੁਣ ਮੈਂ ਘਰ ਜੀ ਇਸ ਟਾਈਮ ਨਹੀਂ ਵਿਹਲਿਆ। ਕਮਲਜੀਤ ਸਿੰਘ, ਹਾਂਜੀ ਝਗੜਾ ਭਾਅ ਜੀ, ਪਤਾ ਹੀ ਨਹੀਂ ਜੋਧੇ ਦੀ ਲੜਾਈ, ਜੋਧਾ ਖਲੋਤਾ ਸੀ ਉੱਥੇ, ਜੋਧੇ ਨੂੰ ਆ ਕੇ ਦਾਤਰ ਮਾਰਨ ਡਿਆ ਪਰ ਸਿੱਧੇ ਹੀ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਨਾ ਇਹਦੇ ਨਾਲ ਕੋਈ ਲੱਗਦਾ ਭਾਅ ਜੀ, ਇਹ ਨਾ ਕੋਈ ਗੱਲ ਨਾ ਕੋਈ ਬਾਤ। ਇਹ ਕੈਂਪ 'ਚ ਇੱਦਾਂ ਹੀ ਹੁੰਦਾ ਵਾ, ਜਦੋਂ ਹੁੰਦਾ ਕਦੀ ਕਿਸੇ ਨੂੰ ਕੁੱਟਦਾ, ਕਦੀ ਕਿਸੇ ਨੂੰ ਕੁੱਟਦਾ ਵਾ। ਸ਼ੀਤਾ ਅਤੇ ਨਾਲ ਸ਼ੀਲਾ, ਸ਼ੀਤਾ ਉੱਥੋਂ ਪ੍ਰੇਮ ਨਗਰ ਦਾ ਬੁੜਾ ਮਾਲ ਦਾ, ਅਤੇ ਸ਼ੀਲਾ ਬਾਲਮੀਕੀ ਜਿਹੜਾ ਇੱਧਰ ਦਾ ਆ ਕੀ ਨਾਲ ਆਪਣੇ ਪਹਾੜੀ ਗੇਟ, ਪਹਾੜੀ ਗੇਟ ਹੀ ਪੈਂਦਾ ਨਾ, ਹਾਥੀ ਗੇਟ ਦਾ, ਹਾਂਜੀ ਉੱਥੋਂ ਦਾ ਜੀ। ਇਹ ਦੋਵੇਂ ਜਣੇ ਆਉਂਦੇ ਆ ਲੋਕਾਂ ਨੂੰ ਮਾਰਦੇ ਕੁੱਟਦੇ, ਇੱਦਾਂ ਹੀ ਅੱਜ ਇਹਨੂੰ ਮੇਰੇ ਨਾਲ ਦੇ ਮੁੰਡੇ ਨੂੰ ਮਾਰਨ ਲੱਗਾ, ਅਤੇ ਉਹਦੇ ਦਾਤਰ ਮਾਰਤਾ ਉਹ ਦਾੜਾਂ ਦੇ ਉੱਤੇ, ਅਤੇ ਮੈਂ ਘਰੋਂ, ਇਹਨੇ ਮੈਨੂੰ ਫੋਨ ਕੀਤਾ ਕਿ ਮੈਨੂੰ ਦਾਤਰ ਮਾਰਨ ਡਿਆ, ਮੈਂ ਘਰੋਂ ਆਇਆ ਵਾ ਤੁਰਦਾ ਹੀ, ਅਤੇ ਅੱਗੋਂ ਮੇਰੇ ਵੀ ਦਾਤਰ ਮਾਰਤਾ, ਮੇਰੇ ਹੱਥ ਉਂਗਲ ਮੇਰੇ ਕੋਲ ਵੱਢ ਛੱਡੀ, ਇਹਨਾਂ ਮੇਰੇ 3 ਬੰਦੇ ਜ਼ਖਮੀ ਹੋਏ ਜੀ। ਲੜਾਈ ਪਤਾ ਹੀ ਨਹੀਂ ਭਾਅ ਜੀ, ਇਹ ਉਸ ਉਹਨੂੰ ਪਤਾ ਹੋਵੇ ਕਿਹੜੀ ਗੱਲ ਤੋਂ ਉਹਨੇ ਦਾਤਰ ਮਾਰੇ, ਮੋਟਰਸਾਈਕਲ ਉਹਨਾਂ ਦਾ ਭਾਅ ਜੀ, ਉਹ ਨਹੀਂ ਜੀ ਪਤਾ ਆਪਾਂ ਨੂੰ। ਇੱਕ ਵਾਰੀ ਸੀ ਸੀਤਾ ਮੁੰਡਾ ਵਾ, ਉਹਨਾਂ ਦਾ ਜਿਹੜਾ ਮੋਟਰਸਾਈਕਲ ਸਾੜਿਆ, ਦੂਜੇ ਬੰਦੇ ਦਾ ਦਾਤਰ ਰਾਹੁਲ ਦਾਤਰ, ਇਹਨਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਸੀ ਕੋਈ, ਉਸ ਚੱਕਰ 'ਚ ਅਜੇ ਕੋਈ ਲੜਾਈ ਹੋਈ ਹੈ, ਇਹਨਾਂ ਨੇ ਮੋਟਰਸਾਈਕਲ ਸਾੜਿਆ, ਬਾਕੀ ਅਸੀਂ ਮੌਕੇ 'ਤੇ ਆਏ ਹਾਂ, ਤਫਤੀਸ਼ ਕਰ ਰਹੇ ਹਾਂ, ਉਸ ਤੋਂ ਬਾਅਦ ਜੋ ਵੀ ਹੋਇਆ ਤੁਹਾਨੂੰ ਅਪਡੇਟ ਕਰ ਦਿੱਤਾ ਜਾਏਗਾ। ਇਹ 5 ਬੰਦੇ ਜ਼ਖਮੀ ਹੋਏ ਆ ਦੋਵਾਂ ਪਾਸੇ, ਨਹੀਂ ਉਂਗਲਾਂ 'ਤੇ ਲੱਗੀਆਂ ਸੀਟਾਂ, ਉਂਗਲਾਂ 'ਤੇ ਚੱਲ ਰਹੀ ਜਾਂਚ ਚੱਲ ਰਹੀ ਹੈ, ਤਫਤੀਸ਼ ਚੱਲ ਰਹੀ ਹੈ।